ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਹੋ ਠੀਕ ਠਾਕ ਸਾਰਿਆਂ ਨੇ ਲੋ ਵੀ ਦੋਸਤੋ ਅਸੀਂ ਆਏ ਹਾਂ ਬੀਚ ਤੇ ਅਸੀਂ ਨਾ ਛਾਂ ਜਿਹੇ ਵਾਲਾ ਸਪੋਟ ਲੱਭਣਾ ਮੈਨੂੰ ਲੱਗਦਾ ਉਹ ਹੋ ਰਿਹਾ ਛਾਂ ਵਾਲਾ ਸਪੋਟ ਆਹ ਠੀਕ ਹੈ ਯਾਰ ਉੱਧਰ ਦੇਖੋ ਉੱਥੇ ਉੱਚੀ ਉੱਚੀ ਥਾਂ ਤੇ ਆਪਾਂ ਵਿਛਾ ਲਾਂਗੇ ਆਪਾਂ ਚਲੋ ਆ ਜਾਓ ਫਿਰ ਆਪਾਂ ਉੱਚੀ ਥਾਂ ਤੇ ਚੱਲਦੇ ਹਾਂ ਫਿਰ ਦੇਖੋ ਦਰਸ਼ਕੋ ਬੀਚ ਆਪਣੀ ਜਿੱਥੇ ਆਪਾਂ ਕੈਂਪ ਲਾਏ ਉਹਦੇ ਨਾਲ ਹੀ ਬੀਚ ਆ ਤੇ ਇੱਕ ਚੀਜ਼ ਬੜੀ ਵਧੀਆ ਕੀਤੀ ਇਹਨਾਂ ਨੇ ਉਹ ਦੰਦੇ ਜਿਹੇ ਲਾ ਰੱਖਿਆ ਵੀ ਕਵਰ ਅਪ ਜਿਹਾ ਕਰ ਰੱਖਿਆ ਇਹਨਾਂ ਨੇ ਤਾਂ ਕਿ ਬੰਦੇ ਉੱਧਰ ਨਾ ਜਾਣ ਵੀ ਡੂੰਘਾ ਕੰਮ ਉੱਧਰ ਤੇ ਆ ਬੀਜ ਵੀ ਠੀਕ ਆ ਸੋਹਣੀ ਹੈ ਯਾਰ ਕਿਵੇਂ ਲੱਗ ਰਿਹਾ ਡਾਕਟਰ ਤੇ ਆਹ ਦੇਖੋ ਸਾਹਮਣੇ ਜੇ ਤੁਸੀਂ ਬੋਟਿੰਗ ਵਗੈਰਾ ਕਰਨੀ ਉਹ ਵੀ ਸਾਰੇ ਹੈਗੇ ਆ ਬੋਟਿੰਗ ਵਾਲਾ ਹਿਸਾਬ ਕਿਤਾਬ ਜਿਹਾ ਅਤੇ ਪੂਰਾ ਮਾਹੌਲ ਬਣਿਆ ਪਿਆ ਗੋਰੇ ਬਣਾਈ ਜਾਂਦੇ ਆ ਆਪਦਾ ਮਹਿਲ ਮੂਲ ਸਾਹਮਣੇ ਵਿਊ ਦੇਖੋ ਹੈ ਕਿ ਨਹੀਂ ਬਾ ਕਮਾਲ ਹੁਣ ਇੱਥੇ ਬਵਾਂਗੇ ਅਸੀਂ ਅਤੇ ਆਹ ਨਾਲੇ ਵਿਊ ਦਾ ਆਨੰਦ ਲਵਾਂਗੇ ਨਾਲੇ ਨਹਾਉਣੇ ਅੰਦਰ ਜਾ ਕੇ ਅਤੇ ਆਹ ਸਾਰੇ ਦੇਖੋ ਕਿੰਨਾ ਇੰਜੋਏ ਕਰ ਰਹੇ ਆ ਇੱਕ ਮੈਨੂੰ ਬੈਸਟ ਚੀਜ਼ ਇਹ ਲੱਗੀ ਵੀ ਆਹ ਦੇਖੋ ਬੀਚ ਦੇ ਨਾਲ ਵੀ ਜਨਤਾ ਦੇ ਕੈਂਪ ਲੱਗੇ ਹੋਏ ਆ ਅਤੇ ਆਹ ਚੀਜ਼ ਬੜੀ ਵਧੀਆ ਯਾਰ ਕਿਆ ਵਾ ਦੋਸਤੋ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਡਾਕਟਰ ਸਾਹਿਬ ਆਪਣੇ ਨਾਲ ਆ ਡਾਕਟਰ ਸਾਹਿਬ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਮੈਂ ਬਿਲਕੁਲ ਤੁਹਾਡੇ ਨਾਲ ਰੁੱਸੀ ਨਹੀਂ ਹੈਗੀ ਤੁਸੀਂ ਕੋਈ ਮੈਨੂੰ ਫੁੱਲੀਆਂ ਨਾ ਪਾਓ ਕੋਈ ਚੱਕਰ ਨਹੀਂ ਉਹ ਵੀ ਆਹ ਵਿਊ ਦੇਖੋ ਕਿਆ ਬਾਤ ਹੈ ਯਾਰ ਬੜਾ ਬੰਦਾ ਰਿਲੈਕਸ ਹੈ ਇੱਥੇ ਨਾ ਬੈਸਟ ਚੀਜ਼ ਇਹ ਹੈ ਵੀ ਇੱਥੇ ਜ਼ਿਆਦਾਤਰ ਫੈਮਲੀਆਂ ਆਉਂਦੀਆਂ ਯਾਦ ਯਾਦ ਸਾਰਿਆਂ ਨੂੰ ਆਪੋ ਆਪਣੇ ਕੰਮਾਂ ਨਾਲ ਮਤਲਬ ਆ ਕੋਈ ਕਿਸੇ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਦਾ ਸਾਰੇ ਰਿਲੈਕਸ ਕਰ ਰਹੇ ਆ ਸੋ ਵੈਰੀ ਨਾਈਸ ਯਾਰ ਬਹੁਤ ਵਧੀਆ ਜਗ੍ਹਾ ਹੈ ਸੋ ਫੈਮਿਲੀ ਨਾਲ ਪੱਕਾ ਆਇਓ ਦੋਸਤੋ ਇਸ ਜਗ੍ਹਾ 'ਤੇ ਯਾਰ ਅੱਗ ਆਪਾਂ ਲਾ ਲਈ ਹੈ ਇੱਧਰ ਡਾਕਟਰ ਸਾਹਿਬ ਦਾ ਪਨੀਰ ਅਤੇ ਮੇਰਾ ਥੋੜ੍ਹਾ ਜਿਹਾ ਚਿਕਨ ਆਪਾਂ ਰੱਖਿਆ ਅਤੇ ਆਹ ਅੱਗ ਬਾਲ ਰਹੀ ਹੈ ਉਹਦੇ ਵਿੱਚ ਮੋਜ਼ਰੀਲਾ ਚੀਜ਼ ਪਾਈ ਹੈ ਅਤੇ ਆਹ ਦੇਖੋ ਆਹ ਦੇਖੋ ਵੀ ਮੋਜ਼ਰੀਲਾ ਚੀਜ਼ ਤਾਂ ਬਣ ਗਈ ਗੱਲ ਦਰਸ਼ਕੋ ਇਹ ਥੋੜ੍ਹਾ ਹੋਰ ਜੂਸੀ ਆ ਹੁਣ ਪੂਰਾ ਨਜ਼ਾਰਾ ਆ ਰਿਹਾ ਦੋਸਤੋ ਦੇਖੋ ਕਿਆ ਬਾਤ ਆ ਦਰਸ਼ਕੋ ਇਹ ਸਿਰਫ ਫੀਲਿੰਗ ਆ ਜਿੰਨੀਆਂ ਮਰਜ਼ੀ ਲੈ ਲਵੋ ਹਜੇ ਅਸੀਂ ਹੁਣ ਅਸੀਂ ਖਾਣ 'ਤੇ ਹੀ ਹਾਂ ਹੁਣ ਅਸੀਂ ਇਸ ਤੋਂ ਬਾਅਦ ਚੀਜ਼ ਚਿੱਲੀ ਬਣਾਵਾਂਗੇ ਹਾਂ ਬਹੁਤ ਵਧੀਆ ਮਿੱਤਰੋ ਅਸੀਂ ਖਾ ਪੀ ਲਿਆ ਸੀਗਾ ਅਤੇ ਫਿਰ ਅਸੀਂ ਸੈਰ ਸੂਰ ਕਰ ਜਾਂਦੀ ਸੀ ਅਤੇ ਹੁਣ ਮੀਂਹ ਵਾਲਾ ਬਹੁਤ ਹੀ ਜ਼ਿਆਦਾ ਮਾਹੌਲ ਬਣਿਆ ਪਿਆ ਕਿਉਂਕਿ ਅੱਧੇ ਘੰਟੇ ਤੱਕ ਬਹੁਤ ਹੀ ਖਤਰਨਾਕ ਮੀਂਹ ਆਉਣ ਲੱਗਿਆ ਇਸ ਕਰਕੇ ਮੈਂ ਨਾ ਦੇਖ ਸਕਦੇ ਹਾਂ ਉੱਤੇ ਇਹਦੇ ਤਰਪਾਲ ਜੀ ਪਾਤੀ ਹੈ ਹੁਣ ਆਪਾਂ ਇਹਨੂੰ ਬੰਨ ਰਹੇ ਹਾਂ ਕਿਉਂਕਿ ਰਾਤ ਨਾ ਮੈਂ ਤਰਪਾਲ ਪਾਈ ਸੀਗੀ ਪਰ ਮੈਂ ਚਾਰੇ ਪਾਸੋਂ ਨਹੀਂ ਬੰਨਿਆ ਸੀਗਾ ਸੋ ਜਿਹੜਾ ਇੱਕ ਪਾਸਾ ਸੀ ਉੱਧਰਲੀ ਸਾਈਡ ਵਾਲਾ ਉੱਧਰੋਂ ਪਾਣੀ ਥੋੜ੍ਹਾ ਥੋੜ੍ਹਾ ਆ ਗਿਆ ਸੀਗਾ ਪਰ ਅਸੀਂ ਉਹ ਅੰਦਰੋਂ ਟੈਂਟ ਸਾਫ਼ ਕਰ ਲਿਆ ਸੀ
पर अज मैं फिर हूँ इन्ना धागा लैके ना किरण बन रहे हैं खूंजा फिर मुड़ के मैं जिन्ना भी धागा होगा फिर सारा आले दुआले घुमा दूंगा हरेक खूंजा चो भी कह भाव हरेक खूंजा चो मैं बन रहा ना ता जो अपने से मीह कणी तो बचा रहे क्योंकि मीह बहुत ही ज्यादा खतरनाक आ रहा थंडर स्ट्रॉन्ग जिन्होंने कह देते दोस्तों अच्छा ना फिर सैर से चलते अभी अच्छा ठीक है हम क्योंकि तूफान से बचने के लिए हमें ये सावधानियां करनी पड़ेंगी देसी बियर ग्रिल है ऑलमोस्ट सारा ही सांभता सीगा मतलब पॉलिथीन च पाता सीगा सारा समान इधरले बैग च इधरले बैग च इधरले बैग च उधर भी ਮੈਨੂੰ ਐਂ ਸੀਗਾ ਵੀ ਜੇ ਬਾਰਿਸ਼ ਆ ਗਈ ਫਿਰ ਆਪਾਂ ਫਟਾਫਟ ਚੁੱਕ ਕੇ ਰੱਖ ਦਾਂਗੇ ਉਧਰ ਗਿੱਲ ਸਾਹਿਬ ਕਹਿ ਰਹੇ ਆ ਵੀ ਇਹ ਝੂਠ ਬੋਲਦੀ ਆ ਕੀ ਮੈਂ ਝੂਠ ਬੋਲਿਆ ਕੋਈ ਨਾ ਤੁਸੀਂ ਬਸ ਕਫਰੀ ਤੋਲਿਆ ਅੱਜ ਮੀਂਹ ਆ ਜੇ ਜਿੰਨਾ ਮਰਜ਼ੀ ਪੈ ਜੇ ਵਿੱਚ ਦੀ 1% ਪਾਣੀ ਨਹੀਂ ਆਣਾ ਅੱਜ ਬੀਅਰ ਗ੍ਰਿਲ ਨੇ ਬਹੁਤ ਖਤਰਨਾਕ ਤਿਆਰੀ ਕਰ ਲਈ ਆ ਵੀ ਬੋਲਿਆ ਮੀਂਹ ਗੜਕਦਾ ਅੱਜ ਇਹਦੇ ਵਿੱਚ ਮੂਵੀ ਵੀ ਦੇਖਾਂਗੇ ਆਪਾਂ ਰਸਮਲਾਈ ਖਾਣੋ ਜੀ ਕਰਨਿਆ ਰਸਮਲਾਈ ਬਹੁਤ ਮੈਂ ਛਿੱਟਾ ਪੈਣ ਲੱਗ ਗਿਆ ਇਰਮਨ ਇਰਮਨ ਛਿੱਟਾ ਪੈਣ ਇਮੀ ਪੈਣ ਲੱਗ ਗਿਆ ਉਹ ਵੁੱਡਸ ਸਾਰ ਰੱਖੋ ਚਲੋ 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 ਦੇਖੋ ਦੋਸਤੋ ਕਾਹ ਤੇ ਡਿੱਗੀ ਚਲੋ ਚਲੋ ਕਾਹ ਦੀ ਡਿੱਗੀ ਕਾਹ ਦੀ ਮੂਰੀ ਰੱਖੀ ਆ ਬਸ ਸਮਾਨ ਰੱਖੀ ਸਾਰਾ ਮੀਮ ਹੋ ਗਿਆ ਸ਼ੁਰੂ ਦੋਸਤ ਕੜਾਈ ਪਨੀਰ ਤੇ ਕੋਸਤੇ ਗਰਮ ਕਰਕੇ ਤੇ ਜਿਹੜੇ ਨਾਨ ਉਹਨਾਂ ਨੂੰ ਗਰਮ ਕਰਕੇ ਖਾਣੇ ਹੋ ਗਈ ਸ਼ੁਰੂ ਹੋ ਗਈ ਜਲਦੀ ਮਿੰਟ ਮਾਰੀਏ ਆਪਾਂ ਦਰਸ਼ਕੋ ਮਾਫੀ ਚਾਹੁੰਦੇ ਆ ਅਸੀਂ ਬਾਅਦ ਚ ਗੱਲਾਂ ਕਰਦੇ ਤੁਹਾਡੇ ਨਾਲ ਅਸੀਂ ਸਮਾਨ ਇਕੱਠਾ ਕਰ ਲਈਏ ਕਿਉਂਕਿ ਮੀਂਹ ਸ਼ੁਰੂ ਹੋ ਗਿਆ ਲਓ ਬਈ ਮਿੱਤਰੋ ਅਸੀਂ ਕੈਂਪ 'ਚ ਆ ਗਏ ਹਾਂ ਆਪਣੇ 'ਚ ਅਤੇ ਆਹ ਸਾਡਾ ਕੱਲ੍ਹ ਵਾਲਾ ਜਿਹੜਾ ਪਨੀਰ ਹੈ ਕੜਾਈ ਉਹ ਗਰਮ ਹੋ ਰਿਹਾ ਅਤੇ ਨਾਲ ਆਪਣੇ ਕੋਲ ਕੋਫਤੇ ਆ ਆਹ ਦੇਖੋ ਕੋਫਤੇ 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 ਆ ਦੋਸਤੋ ਅਤੇ ਪਹਿਲਾਂ ਆਹ ਗਰਮ ਕਰ ਰਹੇ ਹਾਂ ਅਸੀਂ ਆਹ ਗਰਮ ਕਰਕੇ ਵਧੀਆ ਵਧੀਆ ਕੱਪੜੇ ਨੂੰ ਇਹਦੇ 'ਚ ਹੀ ਪਾ ਦਾਂਗੇ ਥੱਲੇ ਆਪਾਂ ਵਿਛਾ ਲਿਆ ਤਾਂ ਕਿ ਕੈਂਪ ਨਾ ਗੰਦਾ ਹੋਵੇ ਕੜਾਹੀ ਪਨੀਰ ਕਹਿੰਦੀ ਬਈ ਛੇ ਦੀ ਮੈਨੂੰ ਛੱਕ ਜੋ ਲੈ ਸਿਲੰਡਰ ਨੂੰ ਆਪਾਂ ਹੌਲੀ ਕਰ ਦਈਏ ਥੋੜ੍ਹਾ ਜਿਹਾ ਲੈਟ ਕਰੋ ਥੋੜ੍ਹੀ ਜਿਹੀ ਕਿਉਂ ਆ ਸਵਾਦੇ ਮਿਲ ਜਾਣੇ ਸੀ ਕਿਤੇ ਨਾ ਜੀ ਨਾ ਅੱਜ ਗਿੱਲ ਸਾਹਿਬ ਸਾਰਾ ਕੰਮ ਕਰ ਰਹੇ ਆ ਅੱਜ ਕੈਂਪਿੰਗ ਤੇ ਸਾਰਾ ਕੰਮ ਗਿੱਲ ਸਾਹਿਬ ਨੇ ਕੀਤਾ ਐਵਰੀਥਿੰਗ ਆਪਾਂ ਤਾਂ ਬਸ ਮਾੜਾ ਮੋਟਾ ਨਿੱਕਾ ਮੋਟਾ ਨਹੀਂ ਨਹੀਂ ਇਹ ਝੂਠ ਬੋਲ ਰਿਹਾ ਡਾਕਟਰ ਸਾਹਿਬ ਨਹੀਂ ਸੱਚੀ ਵੈਸੇ ਮੈਂ ਵਧੀਆ ਗੱਲ ਹੈ ਵੀ ਬਹੁਤ ਕੰਮ ਗਿੱਲ ਸਾਹਿਬ ਨੇ ਕੀਤਾ ਉਹ ਥੋੜਾ ਬਹੁਤਾ ਜਿਹਾ ਚੱਲ ਮੈਂ ਕਰ ਸਿਲੰਡਰ ਲੱਗ ਗਿਆ ਅੱਗ ਹੁਣ ਆਪਾਂ ਕੋਫਤੇ ਕੰਮ ਕਰਦੇ ਕੋਫਤੇ ਸਬਜ਼ੀ ਕੋਫਤਿਆਂ ਦੀ ਕੀ ਆਉਂਦੀ ਹੈ ਸਬਜ਼ੀ ਕੋਫਤਿਆਂ ਦੀ ਕੀ ਆਉਂਦੀ ਹੈ ਕੀ ਬਾਤ ਹੈ ਜਿਹੜੀ ਆਹ ਚੀਜ਼ ਆ ਨਾ ਦੋਸਤੋ ਹਵਾ ਵਗ ਰਹੀ ਹੈ ਬਾਹਰ ਕੈਂਪ ਲਾ ਰੱਖਿਆ ਸੀ ਹਨਾ ਤੇ ਬੈਸਟ ਫੀਲਿੰਗ ਇਨ ਦਾ ਵਰਲਡ ਮੈਨ ਬੈਸਟ ਫੀਲਿੰਗ ਕਿਉਂਕਿ ਆਪਾਂ ਆਪਦੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੁੰਦੇ ਹਾਂ ਨਾ ਆਪਾਂ ਇਹ ਚੀਜ਼ਾਂ ਮਹਿਸੂਸ ਕਰਨੀਆਂ ਹਟ ਜਾਂਦੇ ਹਾਂ ਨੇਚਰ ਦੇ ਵਿੱਚ ਰਹਿਣਾ ਹਟ ਜਾਂਦੇ ਹਾਂ ਅਤੇ ਹੁਣ ਬੜਾ ਵਧੀਆ ਹੋਇਆ ਹੁਣ ਇੱਕ ਚੀਜ਼ ਹੋਰ ਦੱਸਾਂ ਤੁਹਾਨੂੰ ਮੈਂ ਅੱਜ ਨੈੱਟ ਨਹੀਂ ਚੱਲਿਆ ਜਮੀ ਵੀ ਸਾਡਾ ਨਾ ਨਾ ਡਾਕਟਰ ਸਾਹਿਬ ਦਾ ਅਤੇ ਨਾ ਮੇਰਾ ਅਤੇ ਸਾਡੇ ਫੋਨ ਪਾਸ ਹੀ ਪਏ ਰਹੇ ਅਤੇ ਅਸੀਂ ਆਪਦਾ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਨਹੀਂ ਤਾਂ ਅੱਗੇ ਕੀ ਹੁੰਦਾ ਫੋਨਾਂ 'ਚ ਲੱਗੇ ਰਹੀਦਾ ਅਤੇ ਅੱਜ ਵੀ ਬਹੁਤ ਗੁੱਡ ਗੁੱਡ ਹੋਇਆ ਯਾਰ ਜਿਵੇਂ ਵੀ ਬਹੁਤ ਮਜ਼ਾ ਆਇਆ ਹੁਣ ਮੈਂ ਨੈਕਸਟ ਈਅਰ ਤੋਂ ਇਹ ਕੰਮ ਸ਼ੁਰੂ ਕਰ ਦੇਣਾ ਵੀ ਕੈਂਪਿੰਗ ਤਾਂ ਜਾਣਾ ਹੀ ਆ ਅਤੇ ਸਾਲ 'ਚ 3 ਵਾਰੀ ਜਾਣਾ ਹੀ ਜਾਣਾ 2 ਵਾਰੀ ਫੈਮਿਲੀ ਨਾਲ 1 ਵਾਰੀ ਫਰੈਂਡਸ ਦੇ ਨਾਲ ਵੀ ਟਾਈਮ ਕੱਢਣਾ ਕੈਂਪਿੰਗ ਵਾਸਤੇ ਆਲਵੇਜ਼ ਅਤੇ ਬਸ ਇੱਕ ਤਰ੍ਹਾਂ ਦੀ ਥੈਰੇਪੀ ਹੁੰਦੀ ਆ ਹਨਾ ਹੁਣ ਕੰਮ ਆਪਾਂ ਇੰਨਾ ਕਰਦੇ ਰਹਿੰਦੇ ਹਾਂ ਸਾਰੀ ਦਿਹਾੜੀ ਸਾਰੀ ਬਿਜ਼ੀ ਸਕੇਜੂਲ ਚੋਂ ਨਿਕਲ ਕੇ ਤੇ ਆਪਣੇ ਆਪ ਲਈ ਟਾਈਮ ਆਪਣੀ ਫੈਮਿਲੀ ਲਈ ਆਪਣੇ ਫਰੈਂਡਸ ਦੇ ਨਾਲ ਟਾਈਮ ਸਪੈਂਡ ਕਰਨਾ ਹਰ ਇੱਕ ਐਸਪੈਕਟ ਜਿਹੜਾ ਆ ਉਹ ਜ਼ਰੂਰੀ ਹੁੰਦਾ ਕੋਈ ਤੇ ਗਰਮ ਹੋ ਰਿਹਾ ਇਹ ਆਪਾਂ ਬਸ ਹੁਣ ਡਨ ਆ